ਜੀਪੀਜੀ ਸਵਾਲ ਮੇਰਾ ਇਹ ਹੈ ਕਿ ਪਾਰਟੀਆਂ ਬਦਲਣ ਦੀ ਗੱਲ ਹੋ ਰਹੀ ਹੈ ਦਲ ਬਦਲੀਆਂ ਦੀ ਗੱਲ ਹੋ ਰਹੀ ਹੈ ਪਾਰਟੀਆਂ ਲੀਡਰ ਬਦਲਦੇ ਨੇ ਪਰ ਤੁਸੀਂ ਪੀਪੀਪੀ ਚੋਂ ਅਕਾਲੀ ਦਲ ਅਕਾਲੀ ਦਲ ਚੋਂ ਕਾਂਗਰਸ ਕਾਂਗਰਸ ਚੋਂ ਆਪ ਚਾਰ ਪਾਰਟੀਆਂ ਬਦਲ ਚੁੱਕੇ ਹੋ ਕਿਉਂ ਐਕਚੁਅਲੀ ਗੱਲ ਇਹ ਹੈ ਜੀ ਜਦੋਂ ਨਾ ਜੀ ਹਰ ਬੰਦਾ ਆਪਣੀ ਲਾਈ ਲਾਣਾ ਚਾਹੁੰਦਾ ਅੱਗੇ ਆਉਣਾ ਚਾਹੁੰਦਾ ਜਦੋਂ ਪਾਰਟੀਆਂ ਖਿਲਾਫ ਕਰਦੀਆਂ ਨੇ ਮਤਲਬ ਮੈਂ ਜਦੋਂ ਉੱਥੇ ਅੰਚਾਰ ਸੀਗਾ ਜਦੋਂ ਮੇਰੇ ਨਾਲ ਧੋਖਾ ਹੁੰਦਾ ਮੈਂ ਚਾਂ ਚੇਂਜ ਕੀਤੀ ਜਦੋਂ ਮੇਨਾਂ ਹਰ ਵਾਰੀ ਤੋਕਾ ਹੋਣ ਦੀ ਗੱਲ ਕੀਤੀ ਜਦੋਂ ਮੈਂ ਉੱਥੇ ਇੰਚਾਰਜ ਸੀਗਾ ਮੈਂ 9 ਤੋਂ ਲੈ ਕੇ ਉੱਥੇ ਇੰਚਾਰਜ ਰਿਆਂ ਆਪਣਾ ਥੋੜੀ ਚਮਕੌਰ ਸਾਹਿਬ ਦਾ ਜੇ 11 ਚ ਦਵਾਰੇ ਚੰਨੀ ਜੀ ਫੇਰ ਕਾਂਗਰਸ ਆ ਜਾਂਦੇ ਫਿਰ ਮੈਂ ਤਾਂ ਲੜਨਾ ਹੀ ਆ ਨਾ ਤੇ ਗੱਲ ਇਹ ਹੈ ਵੀ ਜਦੋਂ ਮੇਰੀ ਜਦੋਂ ਮੈਂ ਸੇਵਾ ਕੀਤੀ ਆ 3 ਸਾਲ ਵੀ ਮੈਂ ਕੁਛ ਨਾ ਕੁਛ ਕਰਾਂ ਚਲੋ ਮੈਨੂੰ ਟਿਕਟ ਨਹੀਂ ਦਿੱਤੀ ਪਾਰਟੀ ਨੇ ਮੈਂ ਮੰਗਾ ਲੜਾਂ ਚਲੋ ਮੈਂ ਲੜਿਆ ਤੇ ਬਾਕੀ 17 ਚ ਫਿਰ ਮੇਰੇ ਕੋ ਕਾਂਗਰਸ ਪਾਰਟੀ ਨੇ ਵੀ ਤੁਹਾਡਾ ਵੀ ਬੜਾ ਬੜਾ ਸਰਬਿਆਰੇ ਤੁਸੀਂ ਕੰਮ ਕਰਦੇ ਹੋ ਤੇ ਕੈਪਟਨ ਮਿੰਦਰ ਸਿੰਘ ਨੇ ਸਾਰੇ ਜਿਹੜੇ ਸਾਡੇ ਐਮ ਐਲ ਏ ਸੀ ਉਹਨੇ ਮੈਨੂੰ ਅਪਰੋਚ ਕੀਤਾ ਜਾਣਦਾ ਮੈਂ ਉਦੋਂ ਵੀ ਆਮ ਪਾਰਟੀ ਜਾਣਾ ਚਾਹੁੰਦਾ ਸਨ ਸਹੀ ਦੱਸਾਂ ਕਿਉਂਕਿ ਮੇਰੀ ਮੀਟਿੰਗ ਹੋ ਗਈ ਸੀ ਮੈਂ 17 ਤੋਂ ਲੜਦਾ ਸੀ ਜਦੋਂ ਮੈਂ ਪਾਰਟੀ ਜੁਆਇਨ ਕੀਤੀ ਕਾਂਗਰਸ ਤਾਂ ਚੰਨੀ ਜੀ ਭੱਜ ਕੇ ਆਇਆ ਚੰਨੀ ਨੂੰ ਸਾਹ ਆ ਗਿਆ ਵੀ ਜੀਪੀ ਕਾਂਗਰਸ ਆ ਗਿਆ ਹੁਣ ਮੈਨੂੰ ਤੰਗ ਚਮਕੌਰ ਸਨਹਿਤ ਕਰੂਗਾ ਨਾਲ ਦੀ ਨਾਲ ਹੀ ਤੁਹਾਨੂੰ ਟਿਕਟ ਮਿਲ ਗਈ ਸੀ ਜਦੋਂ ਕਾਂਗਰਸ ਜੁਆਇਨ ਕਰਦੀ ਇੱਕ ਇੱਕ ਸਵਾਲ ਮੇਰਾ ਹੋਰ ਹੈ ਕੀ ਤੁਸੀਂ ਹੁਣ ਕਾਂਗਰਸ ਪਾਰਟੀ ਚੋਂ ਆਪ ਚ ਇਕੱਲੇ ਆਏ ਹੋ ਜਾਂ ਤੁਹਾਡੇ ਕੋਈ ਸਾਥੀ ਕੋਈ ਬਲਾਕ ਸਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੋਈ ਸਰਪੰਚ ਪੰਚ ਕੋਈ ਮਹਤਵਰ ਬੰਦੇ ਵੀ ਆਏ ਨੇ ਜਾਂ ਫਿਰ ਇਕੱਲੇ ਜੀਪੀ ਕਾਂਗਰਸ ਛੱਡ ਕੇ ਆਪ ਚ ਆਏ ਨੇ 90 ਦੇ ਕਰੀਬ ਸਰਪੰਚ ਆਏ ਨੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਆਏ ਨੇ ਬਲਾਕ ਸਮਤੀ ਚੇਅਰਮੈਨ ਆਏ ਬਲਾਕ ਸਮਤੀ ਮੈਂਬਰ ਆਏ ਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਆਏ ਆ ਤੇ ਮੇਰੇ ਨਾਲ ਹੁਣ ਫਤੇਗੜ ਸਾਹਿਬ ਦਾ ਅੱਧਾ ਹਲਕਾ ਹੀ ਮੇਰੇ ਨਾਲ ਆ ਗਿਆ ਜੀਪੀਜੀ ਸਵਾਲ ਮੇਰਾ ਇਹ ਹੈ ਕਿ ਪਾਰਟੀਆਂ ਬਦਲਣ ਦੀ ਗੱਲ ਹੋ ਰਹੀ ਹੈ ਦਲ ਬਦਲੀਆਂ ਦੀ ਗੱਲ ਹੋ ਰਹੀ ਹੈ ਪਾਰਟੀਆਂ ਲੀਡਰ ਬਦਲਦੇ ਨੇ ਪਰ ਤੁਸੀਂ ਪੀਪੀਪੀ ਚੋਂ ਅਕਾਲੀ ਦਲ ਅਕਾਲੀ ਦਲ ਚੋਂ ਕਾਂਗਰਸ ਕਾਂਗਰਸ ਚੋਂ ਆਪ ਚਾਰ ਪਾਰਟੀਆਂ ਬਦਲ ਚੁੱਕੇ ਹੋ ਕਿਉਂ ਐਕਚੁਅਲੀ ਗੱਲ ਇਹ ਹੈ ਜੀ ਜਦੋਂ ਨਾ ਜੀ ਹਰ ਬੰਦਾ ਆਪਣੀ ਲੜਾਈ ਲਾਣਾ ਚਾਹੁੰਦਾ ਅੱਗੇ ਆਉਣਾ ਚਾਹੁੰਦਾ ਜਦੋਂ ਪਾਰਟੀਆਂ ਖਰਾਫ ਕਰਦੀਆਂ ਨੇ ਮਤਲਬ ਮੈਂ ਜਦੋਂ ਉੱਥੇ ਅੰਚਾਰ ਸੀਗਾ ਜਦੋਂ ਮੇਰੇ ਨਾਲ ਧੋਖਾ ਹੁੰਦਾ ਮੈਂ ਚਾਂਜ ਚੇਂਜ ਕੀਤੀ ਜਦੋਂ ਮੇਨਾਂ ਹਰ ਵਾਰੀ ਤੋਂ ਕਾਉਣ ਦੀ ਗੱਲ ਕੀਤੀ ਜਦੋਂ ਮੈਂ ਉੱਥੇ ਇੰਚਾਰਜ ਸੀਗਾ ਮੈਂ 9 ਤੋਂ ਲੈ ਕੇ ਉੱਥੇ ਇੰਚਾਰਜ ਰਿਆਂ ਆਪਣਾ ਥੋੜੀ ਚਮਕੌਰ ਸਾਹਿਬ ਦਾ ਜੇ 11 ਚ ਦਵਾਰੇ ਚੰਨੀ ਜੀ ਫੇਰ ਕਾਂਗਰਸ ਆ ਜਾਂਦੇ ਆ ਫਿਰ ਮੈਂ ਤਾਂ ਲੜਨਾ ਹੀ ਆ ਨਾ ਤੇ ਗੱਲ ਇਹ ਹੈ ਵੀ ਜਦੋਂ ਮੇਰੀ ਜਦੋਂ ਮੈਂ ਸੇਵਾ ਕੀਤੀ ਆ 3 ਸਾਲ ਵੀ ਮੈਂ ਕੁਛ ਨਾ ਕੁਛ ਕਰਾਂ ਚਲੋ ਮੈਨੂੰ ਟਿਕਟ ਨਹੀਂ ਦਿੱਤੀ ਪਾਰਟੀ ਨੇ ਮੈਂ ਮੰਗਾ ਲੜਾਂ ਚਲੋ ਮੈਂ ਲੜਿਆ ਤੇ ਬਾਕੀ 17 ਚ ਫਿਰ ਮੇਰੇ ਕੋ ਕਾਂਗਰਸ ਪਾਰਟੀ ਨੇ ਵੀ ਤੁਹਾਡਾ ਵੀ ਬੜਾ ਬੜਾ ਸਰਬਿਆਲੇ ਤੁਸੀਂ ਕੰਮ ਕਰਦੇ ਹੋ ਤੇ ਕੈਪਟਨ ਮਿੰਦਰ ਸਿੰਘ ਨੇ ਸਾਰੇ ਜਿਹੜੇ ਸਾਡੇ ਐਮ ਐਲ ਏ ਸੀ ਉਹਨਾਂ ਮੈਨੂੰ ਅਪਰੋਚ ਕੀਤਾ ਜਾਣਾਂ ਦਾ ਮੈਂ ਉਦੋਂ ਵੀ ਆਮ ਪਾਰਟੀ ਜਾਣਾ ਚਾਹੁੰਦਾ ਇਸ ਨੂੰ ਸਹੀ ਦੱਸਾਂ ਕਿਉਂਕਿ ਮੇਰੀ ਮੀਟਿੰਗ ਹੋ ਗਈ ਸੀ ਮੈਂ 17 ਤੋਂ ਲੜਦਾ ਸੀ ਜਦੋਂ ਮੈਂ ਪਾਰਟੀ ਜੁਆਇਨ ਕੀਤੀ ਕਾਂਗਰਸ ਤਾਂ ਚੰਨੀ ਜੀ ਭੱਜ ਕੇ ਆਇਆ ਚੰਨੀ ਨੂੰ ਸਾਹ ਆ ਗਿਆ ਵੀ ਜੀਪੀ ਕਾਂਗਰਸ ਆ ਗਿਆ ਹੁਣ ਮੈਨੂੰ ਤੰਗ ਚਮਕੌਰ ਸਨਹਿਤ ਕਰੂਗਾ ਨਾਲ ਦੀ ਨਾਲ ਹੀ ਤੁਹਾਨੂੰ ਟਿਕਟ ਮਿਲ ਗਈ ਸੀ ਜਦੋਂ ਕਾਂਗਰਸ ਜੁਆਇਨ ਕਰ ਲਈ ਇੱਕ ਇੱਕ ਸਵਾਲ ਮੇਰਾ ਹੋਰ ਹੈ ਕੀ ਤੁਸੀਂ ਹੁਣ ਕਾਂਗਰਸ ਪਾਰਟੀ ਚੋਂ ਆਪ ਚ ਇਕੱਲੇ ਆਏ ਹੋ ਜਾਂ ਤੁਹਾਡੇ ਕੋਈ ਸਾਥੀ ਕੋਈ ਬਲਾਕ ਸਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੋਈ ਸਰਪੰਚ ਪੰਚ ਕੋਈ ਮਹਤਵਰ ਬੰਦੇ ਵੀ ਆਏ ਨੇ ਜਾਂ ਫਿਰ ਇਕੱਲੇ ਜੀਪੀ ਕਾਂਗਰਸ ਛੱਡ ਕੇ ਆਪ ਚ ਆਏ ਨੇ 90 ਦੇ ਕਰੀਬ ਸਰਪੰਚ ਆਏ ਨੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਆਏ ਨੇ ਬਲਾਕ ਸਮਤੀ ਚੇਅਰਮੈਨ ਆਏ ਬਲਾਕ ਸਮਤੀ ਮੈਂਬਰ ਆਏ ਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਆਏ ਆ ਤੇ ਮੇਰੇ ਨਾਲ ਤੁਣ ਫਤੇਗੜ ਸਾਹਿਬ ਤਾਂ ਅੱਧਾ ਹਲਕਾ ਹੀ ਮੇਰੇ ਨਾਲ ਆ ਗਿਆ